अस्सलाम वालेकुम सज्जनों ते मित्रों, की हाल चाल है? ठीक ठाक हो? मेरे बॉस ने ना गड्डी मंगवाई इस्लामाबाद तो, वो गड्डी पहुँच गई है ते मैं उस दे विच गड्डी दे विच बह के ते विलॉग बनाउणा शुरू किया है ते तुहानू चैक कराइए कि गड्डी माशाल्लाह कैसी है। ये स्विफ्ट गड्डी है, 18 मॉडल है, आटो गड्डी है ते माशाल्लाह साफ सुथरी गड्डी है। आओ तुहानू गड्डी चैक कराइए। माशाल्लाह जी, गड्डी चेक करो जी, साफ सुथरी गड्डी है जी। APV 426 दा नंबर आ, इस्लामाबाद दा नंबर आ। इस्लामाबाद तो गड्डी मंगवाई आ। गड्डी आंदे आ रस्ते दे विच कोई बारिशां होण डईआं, उहदी वजह नाल थोड़ी बहुत गंडी गंदी हो गई आ, लेकिन गड्डी बिल्कुल साफ आ। एक बैंक मैनेजर सी जिहदे कोलों खरीदी आ, उहने बिल्कुल घट चलाई होई आ। अपने आउण जाण वास्ते उहने रखी सी घरों बैंक ते बैंक तों घर, उहदे कोलों असीं गड्डी लई आ। माशाल्लाह जी, सारी साफ गड्डी आ ते चली वी बिल्कुल घट आ। ਆ ਹੁਣ ਤੁਹਾਨੂੰ ਵਿੱਚੋਂ ਖੋਲ ਕੇ ਚੈੱਕ ਕਰਾਈਏ। ਮਾਸ਼ਾਅੱਲਾ ਜੀ, ਚੈੱਕ ਕਰੋ, ਇਹ ਆਟੋ ਗੱਡੀ ਆ। ਏਸੀ ਇਹਦਾ ਬਹੁਤ ਅੱਛਾ ਆ, ਬੜੀ ਕੂਲਿੰਗ ਆ, ਹੀਟਰ ਵੀ ਚੱਲਦਾ ਆ। ਆ ਇਹਦਾ ਬਾਕਸ ਆ ਕੋਈ ਮੋਬਾਈਲ ਵਗੈਰਾ ਰੱਖਣ ਵਾਸਤੇ। ਮਾਸ਼ਾਅੱਲਾ, ਸੋਹਣੀ ਗੱਡੀ ਮਿਲ ਗਈ ਆ। ਇਹ ਹੁਣ ਗੱਡੀ ਮੈਨੂੰ ਚਲਾਉਣੀ ਤੇ ਨਹੀਂ ਆਉਂਦੀ, ਬਹੁਤ ਘੱਟ ਆਉਂਦੀ ਆ, ਲੇਕਿਨ ਬੌਸ ਨੂੰ ਮੈਂ ਇਹ ਦੱਸਿਆ ਕਿ ਜੀ ਮੈਨੂੰ ਬਿਲਕੁਲ ਚਲਾਉਣੀ ਆਉਂਦੀ ਆ, ਇੱਕ ਅੱਧਾ ਦਿਨ ਮੈਂ ਚਲਾ ਕੇ ਤੇ ਜਾ ਸਿੱਖ ਲੈਣੀ ਆ। ਵੈਸੇ ਚਲਾਉਂਦਾ ਤਾਂ ਮੈਂ ਹੈ, ਲੇਕਿਨ ਘੱਟ ਮੈਂ ਹੈਰਾਨ, ਮੈਂ ਚਲਾਈ ਆ ਬਹੁਤ ਘੱਟ ਚਲਾਈ ਆ। ਮੈਂ ਆਪਣੇ ਦੋਸਤ ਰੰਧਾਵੇ ਨੂੰ ਕਹਿ ਕੇ ਨਾ ਇੱਕ ਦੋ ਦਫ਼ਾ ਇਹਦੇ ਤੇ ਹੱਥ ਸਿੱਧੇ ਕਰਕੇ ਤੇ ਚਲਾਉਣੀ ਸ਼ੁਰੂ ਕਰ ਦੇਣੀ ਆ, ਲੇਕਿਨ ਬੌਸ ਨੂੰ ਇਹ ਦੱਸਿਆ ਕਿ ਮੈਨੂੰ ਚਲਾਉਣੀ ਆਉਂਦੀ ਆ। ਬੂਫਰ ਲੱਗੇ ਹੋਏ ਨੇ ਗੱਡੀ ਦੇ ਵਿੱਚ ਦੋਨਾਂ ਸਾਈਡਾਂ ਤੇ। ਹੁਣ ਤੁਹਾਨੂੰ ਗੱਡੀ ਦਾ ਇੰਜਨ ਚੈੱਕ ਕਰਾਈਏ। ਲਓ ਜੀ, ਇੰਜਨ ਖੋਲਣ ਲੱਗੇ ਆ। ਆ ਜੀ ਇੰਜਨ ਇਹਦਾ ਚੈੱਕ ਕਰੋ, ਖੁੱਲ ਜਾ ਕਿੱਥੇ ਆ। ਲਓ ਜੀ, ਖੁੱਲ ਗਿਆ। ਮਾਸ਼ਾਅੱਲਾ ਜੀ, ਇੰਜਨ ਚੈੱਕ ਕਰੋ। ਲਓ ਜੀ, ਸਾਫ ਸੁਥਰਾ ਇੰਜਨ ਆ। ਗੱਡੀ ਦੀ ਟਾਈਮਿੰਗ ਵੀ ਮਾਸ਼ਾਅੱਲਾ ਅੱਛੀ ਆ, 17-18 ਕਿਲੋਮੀਟਰ ਚੱਲਦੀ ਲੀਟਰ ਨਾਲ। ਅਗਰ ਏਸੀ ਚਲਾ ਲਈਏ ਫਿਰ ਜ਼ਰਾ ਕੋਈ 15 ਕਿਲੋਮੀਟਰ ਚੱਲਦੀ 16। ਬਿਲਕੁਲ ਸਾਫ ਇੰਜਨ ਆ, ਕੋਈ ਆਵਾਜ਼ ਨਹੀਂ, ਕੋਈ ਮਸਲਾ ਨਹੀਂ। ਮਾਡਲ 18 ਵਾ, ਲੇਕਿਨ ਗੱਡੀ ਮਾਸ਼ਾਅੱਲਾ ਨਵੀਂ ਆ, ਜਿਹਨੇ ਲਈ ਸੀ ਉਹਨੇ ਚਲਾਈ ਬਹੁਤ ਘੱਟ ਆ। ਉਹਨੇ ਬਸ ਘਰੋਂ ਬੈਂਕ ਜਾਣਾ, ਬੈਂਕ ਤੋਂ ਘਰ ਲਿਆ ਕੇ ਖਿਲਾਰ ਦੇਣੀ। ਤੁਸੀਂ ਦੱਸੋ ਜੀ, ਕਿੱਦਾਂ ਲੱਭੀ, ਸਹੀ ਗੱਡੀ ਲੈ ਲਈ ਹੈ ਜਾਂ ਨਹੀਂ? ਅੱਛੀ ਆ,